ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ 'ਤੇ। ਅਸਥਾਈ ਵੀਜ਼ਾ ਧਾਰਕਾਂ ਲਈ ਸੁਰੱਖਿਆ ਨਿਯਮਾਂ 'ਚ ਢਿੱਲ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਲੋੜ ਹੋ ਸਕਦੀ ਹੈ ਖਤਮ। ਭਾਰਤੀ ਵਿਦਿਆਰਥੀਆਂ ਨੇ ਸ਼ੁਰੂ ਕੀਤੀ ਮੁਕੰਮਲ ਭੁੱਖ ਹੜਤਾਲ, ਸਟੂਡੈਂਟਸ ਦੇ ਸਿਰ 'ਤੇ ਲਟਕ ਰਹੀ ਹੈ ਡੈਪੋਟੇਸ਼ਨ ਦੀ ਤਲਵਾਰ। ਸਟੂਡੈਂਟਸ ਨਾਲ ਧੋਖਾਧੜੀ ਦੇ ਮਾਮਲੇ 'ਚ ਇਮੀਗ੍ਰੇਸ਼ਨ ਏਜੰਟ ਨੇ ਦੋਸ਼ ਕਬੂਲੇ। ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਪਿਛਲੇ ਸਾਲ ਸਰੀ ਤੋਂ ਕੀਤਾ ਗਿਆ ਸੀ ਗ੍ਰਿਫਤਾਰ। ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਪ੍ਰਵਾਸੀਆਂ ਦਾ ਵਿਰੋਧ ਕਰ ਰਹੇ ਨੇ PEI ਦੇ ਨਿਵਾਸੀ। ਕੈਨੇਡਾ ਸਰਕਾਰ ਦਾ ਇੱਕ ਫੈਸਲਾ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਕਾਮਿਆਂ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ। ਕੈਨੇਡਾ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਸਟੱਡੀ ਪਰਮਿਟ ਸਮੇਤ ਅਸਥਾਈ ਨਿਵਾਸੀਆਂ ਵਜੋਂ ਦੇਸ਼ 'ਚ ਦਾਖਲ ਹੋਣ ਵਾਲਿਆਂ ਲਈ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਲੋੜ ਨਹੀਂ ਹੈ। ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਅਤੇ ਹਾਊਸ ਆਫ ਕਾਮਨਸ ਦੀ ਅਸਥਾਈ ਕਮੇਟੀ ਦੀ ਮੀਟਿੰਗ ਦੌਰਾਨ ਭਾਰਤੀ ਕੈਨੇਡੀਅਨ ਸੰਸਦ ਮੈਂਬਰ ਅਰਪਣ ਖੰਨਾ ਨੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਕਿਹਾ, ਮੈਂ ਕਦੇ ਨਹੀਂ ਕਿਹਾ ਕਿ ਅਸਥਾਈ ਨਿਵਾਸੀਆਂ ਲਈ ਅਜਿਹੇ ਸਰਟੀਫਿਕੇਟ ਦੀ ਜ਼ਰੂਰਤ ਹੈ। ਮਿਲਰ ਨੇ ਇਹ ਵੀ ਕਿਹਾ ਕਿ ਸਰਕਾਰ ਬਾਇਓਮੈਟ੍ਰਿਕਸ ਤਸਦੀਕ ਕਰਦੀ ਹੈ ਜਿਸ ਦੀ ਉਸਨੇ ਵਿਆਖਿਆ ਕੀਤੀ ਹੈ। ਅਸਲ 'ਚ ਫਿੰਗਰਪ੍ਰਿੰਟਸ ਪੁਲਿਸ ਡੇਟਾਬੇਸ ਦੁਆਰਾ ਚਲਾਏ ਜਾਂਦੇ ਨੇ। ਮੂਲ ਦੇਸ਼ ਤੋਂ ਪੁਲਿਸ ਸਰਟੀਫਿਕੇਟਸ ਬਾਰੇ ਮਿਲਰ ਨੇ ਕਿਹਾ, ਸਾਨੂੰ ਨਿਯਮਿਤ ਤੌਰ 'ਤੇ ਅਸਥਾਈ ਨਿਵਾਸੀਆਂ ਲਈ ਉਹਨਾਂ ਦੀ ਲੋੜ ਨਹੀਂ ਹੈ। ਉਹਨਾਂ ਨੇ ਬਾਅਦ 'ਚ ਕਿਹਾ ਕਿ ਇਸ ਦੀ ਲੋੜ ਹੋ ਸਕਦੀ ਹੈ ਜੇਕਰ ਕੋਈ ਅਧਿਕਾਰੀ ਇੱਕ ਵਿਆਪਕ ਸੁਰੱਖਿਆ ਜਾਂਚ ਦੇ ਹਿੱਸੇ ਵਜੋਂ ਅਜਿਹਾ ਕਰਨ ਦਾ ਫੈਸਲਾ ਕਰਦਾ ਹੈ। ਮਿਲਰ ਨੇ ਅਜਿਹੇ ਟੈਸਟਾਂ ਦੀ ਪ੍ਰਭਾਵਸ਼ੀਲਤਾ ਨੂੰ ਖਾਰਜ ਕਰਦੇ ਹੋਏ ਕਿਹਾ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਪ੍ਰਮਾਣੀਕਰਨ ਕਿੰਨੇ ਭਰੋਸੇਯੋਗ ਹੋਣਗੇ। ਅਸਲ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਅਸਥਾਈ ਨਿਵਾਸੀਆਂ ਨੂੰ ਦਾਖਲੇ 'ਤੇ ਸੁਰੱਖਿਆ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਤੌਰ 'ਤੇ ਇਹ ਸਾਹਮਣੇ ਆਉਣ ਤੋਂ ਬਾਅਦ ਕਿ ਖਾਲਿਸਤਾਨ ਪੱਖੀ ਸ਼ਖਸੀਅਤ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਸੰਬੰਧ 'ਚ ਗ੍ਰਿਫਤਾਰ ਕੀਤੇ ਗਏ 4 ਵਿਅਕਤੀਆਂ 'ਚੋਂ ਘੱਟੋ ਘੱਟ 2 ਉਸ ਸ਼੍ਰੇਣੀ 'ਚ ਕੈਨੇਡਾ ਆਏ ਸਨ। ਨਿੱਜਰ ਦੀ ਪਿਛਲੇ ਸਾਲ 18 ਜੂਨ ਨੂੰ ਸਰੀ ਬ੍ਰਿਟਿਸ਼ ਕੋਲੰਬੀਆ 'ਚ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਸ ਮਾਮਲੇ 'ਚ 4 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੈਨੇਡੀਅਨ ਸੂਬੇ ਪ੍ਰਿੰਸ ਐਡਵਰਡ ਆਈਲੈਂਡ 'ਚ ਉਚੇਰੀ ਸਿੱਖਿਆ ਹਾਸਲ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਹੁਣ ਮੁਕੰਮਲ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਦਰਅਸਲ ਇਹਨਾਂ ਵਿਦਿਆਰਥੀਆਂ ਦੇ ਸਿਰ 'ਤੇ ਕੈਨੇਡਾ ਤੋਂ ਡਿਪੋਰਟ ਕਰਕੇ ਭਾਰਤ ਵਾਪਸ ਭੇਜੇ ਜਾਣ ਦੀ ਤਲਵਾਰ ਲਟਕ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਇਹ ਵਿਦਿਆਰਥੀ ਰੋਸ ਮੁਜ਼ਾਹਰੇ ਕਰਦੇ ਆ ਰਹੇ ਸਨ। ਪ੍ਰਿੰਸ ਐਡਵਰਡ ਆਈਲੈਂਡ 'ਚ ਭਾਰਤੀ ਵਿਦਿਆਰਥੀਆਂ ਦੀ ਭੁੱਖ ਹੜਤਾਲ 28 ਮਈ ਨੂੰ 5ਵੇਂ ਦਿਨ 'ਚ ਸ਼ਾਮਲ ਹੋਈ ਅਤੇ ਪ੍ਰਦਰਸ਼ਨਕਾਰੀ 24 ਘੰਟਿਆਂ ਲਈ ਮੁਕੰਮਲ ਭੁੱਖ ਹੜਤਾਲ 'ਤੇ ਚਲੇ ਗਏ। ਕੈਨੇਡਾ ਦੇ ਸਰਕਾਰੀ ਚੈਨਲ ਦੀ ਰਿਪੋਰਟ ਮੁਤਾਬਕ ਰੋਸ ਮੁਜ਼ਾਹਰਾਕਾਰੀ ਵਿਦਿਆਰਥੀ ਪਾਣੀ ਤੱਕ ਵੀ ਨਹੀਂ ਪੀ ਰਹੇ ਜਿਸ ਕਾਰਨ ਉਹਨਾਂ ਦੀਆਂ ਜਾਨਾਂ ਨੂੰ ਵੀ ਖਤਰਾ ਹੈ। ਪ੍ਰਿੰਸ ਐਡਵਰਡ ਆਈਲੈਂਡ ਦੀ ਸਰਕਾਰ ਵੱਲੋਂ ਮੌਜੂਦਾ ਵਰ੍ਹੇ 2024 ਲਈ ਪਰਮਾਨੈਂਟ ਰੈਜ਼ੀਡੈਂਸੀ ਲਈ ਵਰਕਰਾਂ ਦੀ ਗਿਣਤੀ 2100 ਤੋਂ ਘਟਾ ਕੇ 1600 ਕਰ ਦਿੱਤੀ ਗਈ ਹੈ। ਇੰਜ ਕਾਮਿਆਂ ਦੀ ਗਿਣਤੀ 'ਚ 25% ਕਮੀ ਆ ਜਾਵੇਗੀ। ਇੱਕ ਪ੍ਰਦਰਸ਼ਨਕਾਰੀ ਵਿਦਿਆਰਥੀ ਜਸਪ੍ਰੀਤ ਸਿੰਘ ਸਿਵੀਆ ਨੇ ਦੋਸ਼ ਲਾਇਆ ਕਿ ਸਰਕਾਰ ਉਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੀ ਹੈ ਜਿਹੜੇ ਪਹਿਲਾਂ ਤੋਂ ਹੀ ਕੈਨੇਡਾ ਦੀ PR ਹਾਸਲ ਕਰਨ ਦੀ ਪ੍ਰਕਿਰਿਆ 'ਚ ਸਨ। ਉਹਨਾਂ ਕਿਹਾ ਕਿ ਜੇ ਸਰਕਾਰ ਦੇ ਕੰਨਾਂ 'ਤੇ ਜੂੰ ਨਾ ਸਰਕੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਕੈਨੇਡੀਅਨ ਸੂਬੇ ਦੇ ਇਮੀਗ੍ਰੇਸ਼ਨ ਨਿਯਮ ਬਦਲ ਜਾਣ ਕਾਰਨ 50 ਵਿਦਿਆਰਥੀਆਂ ਨੂੰ ਕੈਨੇਡਾ ਤੋਂ ਭਾਰਤ ਪਰਤਣਾ ਪਿਆ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫਰਜ਼ੀ ਦਾਖਲਾ ਪੱਤਰ ਜਾਰੀ ਕਰਕੇ ਕੈਨੇਡੀਅਨ ਵੀਜ਼ਾ ਦਿਵਾਉਣ ਦੇ ਮਾਮਲੇ 'ਚ ਗ੍ਰਿਫਤਾਰ ਭਾਰਤੀ ਇਮੀਗ੍ਰੇਸ਼ਨ ਏਜੰਟ ਬ੍ਰਿਜੇਸ਼ ਮਿਸ਼ਰਾ ਨੇ ਵੈਨਕੂਵਰ ਦੀ ਅਦਾਲਤ 'ਚ ਦੋਸ਼ ਕਬੂਲ ਲਏ ਨੇ। 37 ਸਾਲ ਦੇ ਬ੍ਰਿਜੇਸ਼ ਮਿਸ਼ਰਾ ਨੂੰ ਪਿਛਲੇ ਸਾਲ ਜੂਨ 'ਚ ਸਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਟੂਰਿਸਟ ਵੀਜ਼ਾ 'ਤੇ ਕੈਨੇਡਾ ਆਇਆ ਸੀ ਅਤੇ ਗ੍ਰਿਫਤਾਰੀ ਦੇ ਸਮੇਂ ਉਸਦਾ ਵੀਜ਼ਾ ਐਕਸਪਾਇਰ ਹੋ ਚੁੱਕਾ ਸੀ। ਮਿਸ਼ਰਾ 'ਤੇ ਦੋਸ਼ ਸਨ ਕਿ ਉਸਨੇ ਸਾਲ 2016 ਤੋਂ 2020 ਦੇ ਦਰਮਿਆਨ ਕਿੰਨੇ ਹੀ ਭਾਰਤੀ ਵਿਦਿਆਰਥੀਆਂ ਨੂੰ ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਜ਼ 'ਚ ਜਾਲੀ ਦਾਖਲਾ ਪੱਤਰ ਪ੍ਰਦਾਨ ਕੀਤੇ ਸਨ।
ਬ੍ਰਿਜੇਸ਼ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਨਾਲ ਸੰਬੰਧਿਤ 3 ਦੋਸ਼ਾਂ ਲਈ ਜੁਰਮ ਕਬੂਲਿਆ, ਜਿਸ ਵਿੱਚ ਗਲਤ ਬਿਆਨਬਾਜ਼ੀ ਅਤੇ ਗਲਤ ਜਾਣਕਾਰੀ ਦੇਣ ਦੇ ਦੋਸ਼ ਸ਼ਾਮਿਲ ਨੇ। ਅਦਾਲਤ 'ਚ ਬ੍ਰਿਜੇਸ਼ ਨੇ ਕਿਹਾ, ਮੈਂ ਮੁਆਫ਼ੀ ਚਾਹੁੰਦਾ ਹਾਂ, ਮੈਂ ਅਤੀਤ ਨੂੰ ਨਹੀਂ ਬਦਲ ਸਕਦਾ, ਪਰ ਮੈਂ ਯਕੀਨ ਦਿਵਾਉਂਦਾ ਹਾਂ ਕਿ ਮੈਂ ਭਵਿੱਖ 'ਚ ਅਜਿਹਾ ਨਹੀਂ ਕਰਾਂਗਾ। ਦੋਵੇਂ ਪੱਖਾਂ ਦੇ ਵਕੀਲਾਂ ਨੇ ਸਹਿਮਤੀ ਨਾਲ 3 ਸਾਲ ਦੀ ਜੇਲ੍ਹ ਦੀ ਸਜ਼ਾ ਦੀ ਅਰਜ਼ੀ ਪਾਈ ਸੀ ਅਤੇ ਜੱਜ ਨੇ ਇਸ ਨੂੰ ਮਨਜ਼ੂਰ ਕੀਤਾ। 2023 'ਚ ਗ੍ਰਿਫਤਾਰੀ ਤੋਂ ਬਾਅਦ ਦੇ ਸਮੇਂ ਨੂੰ ਸਜ਼ਾ ਦੇ ਸਮੇਂ 'ਚ ਗਿਣਿਆ ਜਾਵੇਗਾ, ਯਾਨੀ ਕਿ ਬ੍ਰਿਜੇਸ਼ ਹੁਣ 19 ਮਹੀਨਿਆਂ ਦੀ ਕੈਦ ਕੱਟੇਗਾ। ਬ੍ਰਿਜੇਸ਼ ਮਿਸ਼ਰਾ ਦੇ ਵਕੀਲ ਗਗਨ ਨਾਹਲ ਨੇ ਕਿਹਾ, ਮੈਂ ਕਹਾਂਗਾ ਕਿ ਉਸ ਨੇ ਵਾਜਬ ਪਛਤਾਵਾ ਜ਼ਾਹਰ ਕੀਤਾ ਹੈ, ਉਸ ਵੱਲੋਂ ਇਕਬਾਲੇ ਜੁਰਮ ਕਰਨਾ ਉਸ ਦੇ ਪਛਤਾਵੇ ਦਾ ਇਜ਼ਹਾਰ ਹੈ, ਕਿਉਂਕਿ ਉਹ ਇਸ ਮਾਮਲੇ ਵਿੱਚ ਸੁਣਵਾਈਆਂ ਜਾਰੀ ਰਖਾ ਸਕਦਾ ਸੀ। ਗਗਨ ਨੇ ਕਿਹਾ ਕਿ CBSA ਦੀ ਤਫਤੀਸ਼ 'ਚ 12 ਪੀੜਤ ਅੱਗੇ ਆਏ ਸਨ। ਕੈਨੇਡਾ 'ਚ ਆਪਣੀ ਸਜ਼ਾ ਕੱਟਣ ਤੋਂ ਬਾਅਦ ਬ੍ਰਿਜੇਸ਼ ਮਿਸ਼ਰਾ ਨੂੰ ਭਾਰਤ ਡਿਪੋਰਟ ਕੀਤਾ ਜਾਵੇਗਾ, ਜਿੱਥੇ ਉਹ ਪੰਜਾਬ ਟਰੈਵਲ ਐਕਟ ਦੇ ਤਹਿਤ ਮਨੁੱਖੀ ਤਸਕਰੀ ਦੇ ਅਪਰਾਧ ਸਮੇਤ ਹੋਰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਅਪਰਾਧ ਲਈ ਸਭ ਤੋਂ ਵੱਧ ਸਜ਼ਾ ਮੌਤ ਹੈ। ਅਦਾਲਤ 'ਚ ਕੋਈ ਵੀ ਪੀੜਤ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਨਹੀਂ ਸਨ। ਸਰਕਾਰੀ ਵਕੀਲ ਮੌਲੀ ਗ੍ਰੀਨ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਕ੍ਰਾਊਨ ਅਤੇ ਡਿਫੈਂਸ ਵਿਚਕਾਰ ਸਹਿਮਤੀ ਮਗਰੋਂ ਤੱਥਾਂ ਬਾਰੇ ਇੱਕ ਬਿਆਨ 'ਚ ਗ੍ਰੀਨ ਨੇ ਪੀੜਤਾਂ ਦੀ ਗਵਾਹੀ ਦੇ ਆਧਾਰ 'ਤੇ ਇੱਕ ਆਮ ਪੈਟਰਨ ਹੋਣ ਦੀ ਗੱਲ ਆਖੀ। ਗ੍ਰੀਨ ਨੇ ਕਿਹਾ ਕਿ ਵਿਦਿਆਰਥੀ ਆਮ ਤੌਰ 'ਤੇ ਭਾਰਤ ਦੇ ਪੰਜਾਬ ਸੂਬੇ ਦੇ ਇੱਕ ਸਧਾਰਨ ਪਿਛੋਕੜ ਤੋਂ ਵਿਦੇਸ਼ਾਂ 'ਚ ਪੜ੍ਹਨ ਦੀ ਇੱਛਾ ਨਾਲ ਕੈਨੇਡਾ ਆਉਂਦੇ ਨੇ ਅਤੇ ਉਹਨਾਂ ਨੂੰ ਪਰਿਵਾਰ ਜਾਂ ਦੋਸਤਾਂ ਦੁਆਰਾ ਮਿਸ਼ਰਾ ਕੋਲ ਭੇਜਿਆ ਜਾਂਦਾ ਸੀ। ਮਿਸ਼ਰਾ ਉਹਨਾਂ ਦੇ ਦਾਖਲੇ ਯਕੀਨੀ ਬਣਾਉਣ ਲਈ ਕਈ ਅਦਾਰਿਆਂ 'ਚ ਅਰਜ਼ੀ ਦੇਣ ਦੀ ਸਲਾਹ ਦਿੰਦਾ ਸੀ। ਵਿਦਿਆਰਥੀ ਉਸ ਨੂੰ ਪਾਸਪੋਰਟ ਦੀ ਜਾਣਕਾਰੀ, ਟ੍ਰਾਂਸਕ੍ਰਿਪਟ ਅਤੇ ਅੰਗਰੇਜ਼ੀ ਭਾਸ਼ਾ ਦੇ ਟੈਸਟ ਦੇ ਨਤੀਜੇ ਪ੍ਰਦਾਨ ਕਰਦੇ ਸਨ। ਵਿਦਿਆਰਥੀਆਂ ਨੇ ਖੁਦ ਕਿਸੇ ਵੀ ਕਾਲਜ 'ਚ ਅਪਲਾਈ ਨਹੀਂ ਕੀਤਾ ਹੁੰਦਾ। ਫਿਰ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਸੀ ਕਿ ਉਹਨਾਂ ਦਾ ਦਾਖਲਾ ਹੋ ਗਿਆ ਅਤੇ ਉਹ ਮਿਸ਼ਰਾ ਦੇ ਦਫ਼ਤਰ ਜਾ ਕੇ ਲੈਟਰ ਆਫ ਐਕਸੈਪਟੈਂਸ ਲੈ ਸਕਦੇ ਨੇ। ਇਹਨਾਂ ਸੇਵਾਵਾਂ ਲਈ ਬ੍ਰਿਜੇਸ਼ ਮਿਸ਼ਰਾ ਨਗਦ ਪੈਸੇ ਲੈਂਦਾ ਸੀ, ਜਿਸ ਵਿੱਚ ਉਸਦੀ ਫੀਸ, ਪੜ੍ਹਾਈ ਦੀ ਫੀਸ ਅਤੇ ਇਮੀਗ੍ਰੇਸ਼ਨ ਫੀਸ ਸ਼ਾਮਲ ਹੁੰਦੀ ਸੀ। ਨਗਦੀ ਦੇਣ ਕਰਕੇ ਪਰਿਵਾਰਾਂ ਕੋਲ ਕੋਈ ਰਸੀਦ ਨਹੀਂ ਹੁੰਦੀ ਸੀ। ਵਿਦਿਆਰਥੀਆਂ ਨੂੰ ਕੈਨੇਡਾ ਪਹੁੰਚਣ 'ਤੇ ਪਤਾ ਲੱਗਦਾ ਸੀ ਕਿ ਦਰਅਸਲ ਉਹਨਾਂ ਦਾ ਦਾਖਲਾ ਹੋਇਆ ਹੀ ਨਹੀਂ। ਕੈਨੇਡਾ ਦੇ ਕਈ ਸੂਬੇ ਇਸ ਵੇਲੇ ਦੋ ਪੱਖੀ ਵਿਰੋਧ ਪ੍ਰਦਰਸ਼ਨਾਂ ਨਾਲ ਜੂਝ ਰਹੇ ਨੇ। ਕੈਨੇਡਾ 'ਚ ਰਹਿ ਰਹੇ ਵਿਦੇਸ਼ੀ ਅਤੇ ਖੇਤਰੀ ਨਾਗਰਿਕ ਦੋਵੇਂ ਹੀ ਸਰਕਾਰ ਦਾ ਵਿਰੋਧ ਕਰ ਰਹੇ ਨੇ। ਖੇਤਰੀ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਢਿੱਲ ਕਾਰਨ ਜਿੱਥੇ ਵਿਦੇਸ਼ੀ ਨਾਗਰਿਕ ਨੌਕਰੀਆਂ ਤੋਂ ਲੈ ਕੇ ਹਰ ਚੀਜ਼ ਆਪਣੇ ਹੱਥਾਂ 'ਚ ਲੈ ਰਹੇ ਨੇ, ਉੱਥੇ ਹੀ ਵਿਦੇਸ਼ੀ ਨਾਗਰਿਕ ਕੈਨੇਡਾ ਸਰਕਾਰ ਵੱਲੋਂ ਨਿਯਮਾਂ 'ਚ ਤਬਦੀਲੀ ਕਰਨ ਤੋਂ ਨਾਰਾਜ਼। ਇਸ ਦਾ ਸਭ ਤੋਂ ਵੱਧ ਅਸਰ ਭਾਰਤੀ ਵਿਦਿਆਰਥੀਆਂ 'ਤੇ ਪਿਆ ਹੈ, ਜਿਸ ਤੋਂ ਬਾਅਦ ਹੁਣ ਭਾਰਤੀ ਵਿਦਿਆਰਥੀਆਂ ਨੇ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਦੇ ਪ੍ਰਿੰਸ ਐਡਵਰਡ ਆਈਲੈਂਡਸ ਸੂਬੇ ਨੇ ਖੇਤਰੀ ਲੋਕਾਂ ਦੇ ਸਖ਼ਤ ਵਿਰੋਧ ਕਾਰਨ ਆਪਣੇ ਇਮੀਗ੍ਰੇਸ਼ਨ ਪਰਮਿਟਸ 'ਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਵੱਡੀ ਗਿਣਤੀ 'ਚ ਵਿਦੇਸ਼ੀ ਨਾਗਰਿਕਾਂ ਨਾਲ ਜੂਝ ਰਹੇ ਸੂਬੇ ਨੇ ਆਪਣੇ ਨਿਯਮਾਂ 'ਚ ਕੁਝ ਬਦਲਾਅ ਕੀਤੇ ਨੇ, ਜਿਸ ਦਾ ਸਭ ਤੋਂ ਮਾੜਾ ਅਸਰ ਭਾਰਤੀ ਵਿਦਿਆਰਥੀਆਂ 'ਤੇ ਪਿਆ ਹੈ, ਜਿਸ ਤੋਂ ਬਾਅਦ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਦੇ ਸਭ ਤੋਂ ਛੋਟੇ ਸੂਬੇ PEI ਦੇ ਲੋਕਾਂ ਨੇ ਕਿਹਾ ਹੈ ਕਿ ਉਹ ਹੋਰ ਪ੍ਰਵਾਸੀ ਨਹੀਂ ਚਾਹੁੰਦੇ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਪ੍ਰਿੰਸ ਐਡਵਰਡ ਆਈਲੈਂਡਸ 'ਚ ਰਿਹਾਇਸ਼, ਸਿਹਤ ਸਹੂਲਤਾਂ ਅਤੇ ਨੌਕਰੀਆਂ ਮੁੱਖ ਮੁੱਦੇ ਨੇ, ਜਿਸ ਕਾਰਨ ਸੂਬੇ ਨੇ ਇਮੀਗ੍ਰੇਸ਼ਨ ਨਿਯਮਾਂ 'ਚ ਤਬਦੀਲੀ ਕੀਤੀ ਹੈ ਅਤੇ ਸੰਖਿਆ 'ਚ 25% ਦੀ ਕਮੀ ਕੀਤੀ ਗਈ ਹੈ। ਸਥਾਨਕ ਲੋਕਾਂ ਨੂੰ ਲੱਗਦਾ ਹੈ ਕਿ ਪ੍ਰਵਾਸੀ ਉਹਨਾਂ ਦੇ ਮੌਕੇ ਖੋ ਰਹੇ ਨੇ। ਇਹ ਵਿਰੋਧ ਵਿਦਿਆਰਥੀ ਵੀਜ਼ੇ 'ਤੇ ਆਏ ਨੌਜਵਾਨਾਂ ਦਾ ਜ਼ਿਆਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ 'ਚ ਸਥਾਈ ਨਿਵਾਸ ਅਤੇ ਨਾਗਰਿਕਤਾ ਲਈ ਵਿਦਿਆਰਥੀ ਵੀਜ਼ੇ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਇੱਕ ਸਥਾਨਕ ਵਿਅਕਤੀ ਨੇ ਕਿਹਾ ਕਿ ਵਿਦੇਸ਼ੀਆਂ ਨੇ ਸਾਨੂੰ ਬਾਹਰ ਕੱਢ ਦਿੱਤਾ ਹੈ। ਪ੍ਰਿੰਸ ਐਡਵਰਡ ਆਈਲੈਂਡਸ 'ਚ ਜੋ ਹੋ ਰਿਹਾ ਹੈ ਉਹ ਹੁਣ ਦੂਜੇ ਸੂਬਿਆਂ 'ਚ ਵੀ ਦੇਖਿਆ ਜਾ ਰਿਹਾ ਹੈ। ਕਿਹਾ ਜਾਂਦਾ ਹੈ ਕਿ 2006 ਤੋਂ ਬਾਅਦ ਪ੍ਰਿੰਸ ਐਡਵਰਡਸ ਆਈਲੈਂਡਸ 'ਚ ਪ੍ਰਵਾਸੀਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅੰਕੜਿਆਂ ਮੁਤਾਬਕ ਹਜ਼ਾਰਾਂ ਕੈਨੇਡੀਅਨਜ਼
ਕੈਨੇਡਾ ਤੋਂ ਅਮਰੀਕਾ ਵੱਲ ਪ੍ਰਵਾਸ ਕਰ ਰਹੇ ਨੇ ਅਤੇ ਇਹ ਪ੍ਰਵਾਸ ਪਿਛਲੇ 10 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਦਰਜ ਹੋਇਆ ਹੈ। ਕੈਨੇਡੀਅਨਸ ਦਾ ਅਮਰੀਕਾ ਜਾ ਕੇ ਵਸਣਾ ਕੋਈ ਨਵਾਂ ਵਰਤਾਰਾ ਨਹੀਂ ਹੈ, ਪਰ ਅਮੈਰੀਕਨ ਕਮਿਊਨਿਟੀ ਸਰਵੇ ਅਨੁਸਾਰ ਨਵੇਂ ਅੰਕੜੇ ਔਸਤ ਦਰ ਨਾਲੋਂ ਕਿਤੇ ਜ਼ਿਆਦਾ ਨੇ। ACS ਮੁਤਾਬਕ ਸਾਲ 2022 'ਚ ਕੈਨੇਡਾ ਤੋਂ 1,26,340 ਲੋਕਾਂ ਨੇ ਅਮਰੀਕਾ ਵੱਲ ਕੂਚ ਕੀਤਾ। 2012 'ਚ ਇਹ ਤਾਦਾਦ 75,752 ਲੋਕਾਂ ਦੀ ਸੀ, ਜਾਣੀ ਕਿ 2022 'ਚ ਤਕਰੀਬਨ 70% ਵਾਧਾ ਦਰਜ ਕੀਤਾ ਗਿਆ। 2022 'ਚ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ 1,26,340 'ਚੋਂ 53,311 ਦਾ ਜਨਮ ਕੈਨੇਡਾ 'ਚ ਹੋਇਆ ਸੀ। 42,595 ਅਮਰੀਕੀ ਸਨ ਜੋ ਆਪਣੇ ਜੱਦੀ ਜ਼ਮੀਨ ਲਈ ਇੱਥੋਂ ਚਲੇ ਗਏ ਅਤੇ 30,434 ਲੋਕ ਕੈਨੇਡਾ 'ਚ ਵਿਦੇਸ਼ਾਂ 'ਚ ਜੰਮੇ ਪ੍ਰਵਾਸੀ ਸਨ ਜਿਨ੍ਹਾਂ ਨੇ ਕੈਨੇਡਾ ਛੱਡ ਅਮਰੀਕਾ ਜਾਣ ਦਾ ਫੈਸਲਾ ਕੀਤਾ ਸੀ। ਅਮਰੀਕਾ ਪ੍ਰਵਾਸ ਕਰਨ ਵਾਲਿਆਂ 'ਚ ਕੈਨੇਡਾ 'ਚ ਜਨਮੇ ਲੋਕਾਂ ਦਾ ਅੰਕੜਾ ਪਿਛਲੇ ਸਮੇਂ ਨਾਲੋਂ ਹੁਣ ਖਾਸਾ ਉੱਚਾ ਹੈ। ਇਹ ਕੈਨੇਡਾ 'ਚ ਪੈਦਾ ਹੋਏ ਲੋਕਾਂ ਦੀ ਔਸਤ ਸੰਖਿਆ ਨਾਲੋਂ ਲਗਭਗ 50% ਵੱਧ ਹੈ ਜੋ ਕੋਵਿਡ ਤੋਂ ਪਹਿਲਾਂ ਦੇ ਸਮੇਂ 'ਚ ਅਮਰੀਕਾ ਨੂੰ ਰਵਾਨਾ ਹੋਏ ਸਨ। ਸੰਯੁਕਤ ਰਾਸ਼ਟਰ ਦਾ ਡਾਟਾ ਦਰਸਾਉਂਦਾ ਹੈ ਕਿ ਅਮਰੀਕਾ ਹੁਣ ਤੱਕ ਕੈਨੇਡੀਅਨ ਪ੍ਰਵਾਸੀਆਂ ਦੀ ਸਭ ਤੋਂ ਆਮ ਮੰਜ਼ਿਲ ਹੈ। ਸੰਯੁਕਤ ਰਾਸ਼ਟਰ ਦੇ ਤਾਜ਼ਾ ਅੰਕੜਿਆਂ ਅਨੁਸਾਰ 2020 ਤੱਕ ਅਮਰੀਕਾ 'ਚ ਲਗਭਗ 8 ਲੱਖ ਕੈਨੇਡੀਅਨਸ ਰਹਿ ਰਹੇ ਸਨ, ਜੋ ਕਿ UK 'ਚ ਰਹਿੰਦੇ 1 ਲੱਖ ਕੈਨੇਡੀਅਨਸ ਨਾਲੋਂ 8 ਗੁਣਾ ਵੱਧ ਤਾਦਾਦ ਹੈ। ਕੈਨੇਡੀਅਨਸ ਦੇ ਅਮਰੀਕੀ ਪ੍ਰਵਾਸ 'ਚ ਮਦਦ ਕਰਨ ਵਾਲੇ ਵਕੀਲਾਂ ਅਤੇ ਰੀਅਲ ਅਸਟੇਟ ਏਜੰਟਸ ਅਨੁਸਾਰ ਇਸ ਵੱਧ ਰਹੇ ਪ੍ਰਵਾਸ ਦਾ ਸਭ ਤੋਂ ਪ੍ਰਮੁੱਖ ਕਾਰਨ ਕਵਾਇਤੀ ਜੀਵਨ ਦੀ ਇੱਛਾ ਹੈ। ਪਰ ਵਕੀਲ ਅਤੇ ਏਜੰਟਸ ਅਨੁਸਾਰ ਕੁਝ ਲੋਕ ਅਜਿਹੇ ਵੀ ਨੇ ਜੋ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੀਡਰਸ਼ਿਪ ਤੋਂ ਖਫਾ ਹੋ ਕੇ ਅਮਰੀਕਾ ਵੱਲ ਪ੍ਰਵਾਸ ਕਰ ਰਹੇ ਨੇ। ਮਾਰਕੋ ਟਰਮੀਨੇਸੀ ਇਸ ਸਾਬਕਾ ਪੇਸ਼ੇਵਰ ਸੌਕਰ ਖਿਡਾਰੀ ਹੈ ਜੋ ਓਨਟੈਰੀਓ 'ਚ ਵੁੱਡਬ੍ਰਿਜ 'ਚ ਵੱਡਾ ਹੋਇਆ। ਉਹ ਹੁਣ ਫਲੋਰੀਡਾ ਦੀ ਪਾਮ ਬੀਚ ਕਾਉਂਟੀ 'ਚ ਰੀਅਲ ਅਸਟੇਟ ਏਜੰਟ ਹੈ। ਭਾਵੇਂ ਕੈਨੇਡਾ ਵਾਂਗ ਅਮਰੀਕਾ 'ਚ ਵੀ ਮਹਿੰਗਾਈ ਦਰ ਉੱਪਰ ਗਈ ਹੈ, ਪਰ ਫਿਰ ਵੀ ਕੁਝ ਸੂਬਿਆਂ 'ਚ ਰਹਿਣ ਸਹਿਣ ਦੀ ਲਾਗਤ ਕੈਨੇਡਾ ਨਾਲੋਂ ਸਸਤੀ ਹੈ। ਅਮਰੀਕਾ 'ਚ ਇੱਕ ਘਰ ਦੀ ਔਸਤ ਕੀਮਤ $5,80,700 ਕੈਨੇਡੀਅਨ ਡਾਲਰ ਹੈ, ਜਦਕਿ ਕੈਨੇਡਾ 'ਚ ਇੱਕ ਘਰ ਦੀ ਔਸਤ ਕੀਮਤ $7,03,500 ਡਾਲਰ ਹੈ। ਐਕਸਚੇਂਜ ਰੇਟ ਐਡਜਸਟ ਕਰਨ ਦੇ ਬਾਵਜੂਦ ਇਹ 20% ਘੱਟ ਹੈ। ਕੁਝ ਅਮਰੀਕੀ ਸੂਬਿਆਂ 'ਚ ਘਰਾਂ ਦੀਆਂ ਕੀਮਤਾਂ ਤਾਂ ਹੋਰ ਘੱਟ ਨੇ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੰਧਵਾਲਾ ਹਾਜ਼ਰ ਖਾਨ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ ਹੋ ਗਈ। ਮ੍ਰਿਤਕ ਰਵਿੰਦਰਪਾਲ ਸਿੰਘ ਉਰਫ਼ ਕਾਕਾ ਵਿਰਕ ਪਿਛਲੇ 5 ਸਾਲਾਂ ਤੋਂ ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ ਰਹਿ ਰਿਹਾ ਸੀ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 29 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਉਹ 2019 'ਚ ਟੋਰਾਂਟੋ ਗਿਆ ਸੀ ਅਤੇ BTECH ਸਿਵਲ ਡਿਗਰੀ ਪਾਸ ਸੀ। ਉਸ ਦੇ ਪਿਤਾ ਦਰਸ਼ਨ ਸਿੰਘ ਪੰਜਾਬ ਪੁਲਿਸ 'ਚ ਸਬ ਇੰਸਪੈਕਟਰ ਰਹਿ ਚੁੱਕੇ ਨੇ, ਜਿਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਕਾਕਾ ਵਿਰਕ ਆਪਣੀਆਂ 2 ਭੈਣਾਂ ਅਤੇ 1 ਭਰਾ ਤੋਂ ਛੋਟਾ ਸੀ। ਉਸਨੂੰ ਗੀਤ ਲਿਖਣ ਅਤੇ ਗਾਉਣ ਦਾ ਸ਼ੌਕ ਸੀ। ਉਸਨੇ ਕੈਨੇਡਾ ਜਾ ਕੇ ਆਪਣੇ 2 ਗੀਤ ਨੋ ਮਨੀ ਅਤੇ ਵਾਈ ਯੂ ਹੇਟ ਦੇ ਸਿਰਲੇਖ ਹੇਠ ਕਾਕਾ ਵਿਰਕ ਦੇ ਨਾਮ ਹੇਠ ਚੱਲਦੇ ਆਪਣੇ YouTube ਚੈਨਲ 'ਤੇ ਅਪਲੋਡ ਕੀਤੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਦੋਸਤਾਂ ਨਾਲ ਹੋਟਲ 'ਚ ਖਾਣਾ ਖਾਣ ਗਿਆ ਸੀ। ਖਾਣੇ ਤੋਂ ਬਾਅਦ ਸਾਰੇ ਦੋਸਤ ਚਲੇ ਗਏ ਅਤੇ ਕਾਕਾ ਵਿਰਕ ਦੀ ਕਾਰ 'ਚ ਮੌਤ ਹੋ ਗਈ। ਉਸ ਦਾ ਪਤਾ ਉੱਥੇ ਤੈਨਾਤ ਸੁਰੱਖਿਆ ਗਾਰਡ ਨੂੰ ਲੱਗਾ। ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਮ੍ਰਿਤਕ ਦੇਹ ਨੂੰ ਜਲਦੀ ਇੱਥੇ ਲਿਆਂਦਾ ਜਾਵੇ। ਦੱਸ ਦਈਏ ਕਿ ਕਾਕਾ ਵਿਰਕ ਦੀ ਗਾਇਕੀ ਦਾ ਅੰਦਾਜ਼ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵਰਗਾ ਸੀ। ਬੀਤੇ ਮਹੀਨੇ 27 ਅਪ੍ਰੈਲ ਨੂੰ ਇੱਕ 19 ਸਾਲਾ ਪੰਜਾਬੀ ਕੁੜੀ ਦੇ ਅਚਾਨਕ ਗਾਇਬ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਪੁਲਿਸ ਉਸ ਨੂੰ ਲੱਭਣ ਲਈ ਹਰ ਪਾਸੇ ਤਲਾਸ਼ੀ ਲੈ ਰਹੀ ਸੀ, ਪਰ ਮਿਲੀ ਇੱਕ ਖਬਰ ਨੇ ਪੁਲਿਸ ਦੀ ਇਸ ਖੋਜ ਨੂੰ ਇੱਕ ਦੁਖਦਾਈ ਮੋੜ 'ਤੇ ਲਿਆ ਕੇ ਖਤਮ ਕਰ ਦਿੱਤਾ। ਕੈਨੇਡਾ ਦੇ ਸਰੀ ਸ਼ਹਿਰ 'ਚ ਰਹਿਣ ਵਾਲੀ ਸਿਮਰਨ ਕੌਰ ਖੱਟੜਾ
ਜੋ ਕਿ ਪਿਛਲੀ ਵਾਰ 27 ਅਪ੍ਰੈਲ ਨੂੰ 88 ਐਵਨਿਊ 132 ਸਟਰੀਟ 'ਚ ਇੱਕ ਬੱਸ 'ਚ ਚੜ੍ਹਦੀ ਹੋਈ ਦੇਖੀ ਗਈ ਸੀ। ਉਸ ਤੋਂ ਬਾਅਦ ਉਹ ਅਚਾਨਕ ਲਾਪਤਾ ਹੋ ਗਈ ਸੀ। ਉਸ ਦਾ ਪਰਿਵਾਰ ਉਸ ਨੂੰ ਲੈ ਕੇ ਕਾਫੀ ਪਰੇਸ਼ਾਨ ਹੋ ਰਿਹਾ ਸੀ। ਉਸ ਦੇ ਲਾਪਤਾ ਹੋਣ ਦੀ ਪਰਿਵਾਰ ਵੱਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਇਸ ਮਾਮਲੇ ਦੇ ਕਰੀਬ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਹੁਣ ਪੁਲਿਸ ਨੂੰ ਉਸ ਕੁੜੀ ਦੀ ਲਾਸ਼ ਮਿਲੀ ਹੈ। ਸਰੀ ਪੁਲਿਸ ਨੇ ਦੱਸਿਆ ਕਿ ਸਿਮਰਨ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਲਾਸ਼ ਵੀ ਮਿਲ ਚੁੱਕੀ ਹੈ, ਪਰ ਪੁਲਿਸ ਨੂੰ ਇਹ ਲਾਸ਼ ਕਿੱਥੋਂ ਅਤੇ ਕਿਸ ਹਾਲ 'ਚ ਮਿਲੀ ਇਸ ਬਾਰੇ ਹਾਲੇ ਪੁਲਿਸ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਗਾਜ਼ਾ 'ਚ ਰਹਿੰਦੇ ਕੈਨੇਡੀਅਨਸ ਦੇ ਰਿਸ਼ਤੇਦਾਰਾਂ ਨੂੰ ਬੁਲਾਉਣ ਲਈ ਸ਼ੁਰੂ ਕੀਤੇ ਅਸਥਾਈ ਪ੍ਰੋਗਰਾਮ ਦੇ ਤਹਿਤ ਸਵੀਕਾਰੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਵਧਾ ਰਹੇ ਨੇ। ਇਹ ਕਦਮ ਉਦੋਂ ਆਇਆ ਹੈ ਜਦੋਂ ਮਿਲਰ ਗਾਜ਼ਾ ਪੱਟੀ ਅਤੇ ਸੁਡਾਨ 'ਚ ਸੰਘਰਸ਼ ਕਰਨ ਵਾਲੇ ਖੇਤਰਾਂ ਤੋਂ ਕੈਨੇਡੀਅਨਸ ਦੇ ਰਿਸ਼ਤੇਦਾਰਾਂ ਨੂੰ ਸੁਰੱਖਿਅਤ ਲਿਆਉਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਾਵਾਂ ਬਾਰੇ ਜਾਣਕਾਰੀ ਦੇ ਰਹੇ ਸਨ। ਗਾਜ਼ਾ ਦੇ ਟੈਂਪਰੇਰੀ ਰੈਜ਼ੀਡੈਂਸੀ ਪ੍ਰੋਗਰਾਮ ਤਹਿਤ ਪਹਿਲਾਂ 1000 ਅਰਜ਼ੀਆਂ ਸਵੀਕਾਰ ਕੀਤੀਆਂ ਜਾਣੀਆਂ ਸਨ, ਪਰ ਹੁਣ ਮਿਲਰ ਇਹ ਗਿਣਤੀ 5000 ਕਰ ਰਹੇ ਨੇ। ਫਲਸਤੀਨੀ ਕੈਨੇਡੀਅਨਸ ਦੀ ਸ਼ਿਕਾਇਤ ਸੀ ਕਿ ਇਸ ਪ੍ਰੋਗਰਾਮ ਦੀਆਂ ਸ਼ਰਤਾਂ ਵੀ ਬਹੁਤ ਬੇਤੁਕੀਆਂ ਸਨ ਅਤੇ ਇਸ ਬਾਰੇ ਜਾਣਕਾਰੀ ਵੀ ਬੇਤਰਤੀਬੀ ਸੀ, ਜਿਸ ਕਰਕੇ ਲੋਕਾਂ ਲਈ ਗਾਜ਼ਾ 'ਚੋਂ ਨਿਕਲਣਾ ਮੁਸ਼ਕਲ ਹੋ ਰਿਹਾ ਹੈ। ਪਿਛਲੇ ਸਪਰਿੰਗ ਸੀਜ਼ਨ 'ਚ ਸੁਡਾਨ 'ਚ ਘਰੇਲੂ ਯੁੱਧ ਸ਼ੁਰੂ ਹੋ ਗਿਆ ਸੀ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਅਨੁਸਾਰ ਉਹਨਾਂ ਦੇ ਰਿਸ਼ਤੇਦਾਰ ਫਿੰਗਰ ਪ੍ਰਿੰਟਿੰਗ ਅਤੇ ਹੋਰ ਬਾਇਓਮੈਟ੍ਰਿਕ ਲੋੜਾਂ 'ਚ ਦੇਰੀ ਕਰਕੇ ਇਸ ਸਾਲ ਦੇ ਅੰਤ ਤੱਕ ਕੈਨੇਡਾ ਨਹੀਂ ਪਹੁੰਚਣਗੇ। ਮਿਲਰ ਅੱਜ ਹਾਊਸ ਆਫ ਕਾਮਨਸ ਦੀ ਇਮੀਗ੍ਰੇਸ਼ਨ ਕਮੇਟੀ ਅੱਗੇ ਦੋਵੇਂ ਪ੍ਰੋਗਰਾਮਾਂ ਬਾਰੇ ਸੰਖੇਪ ਜਾਣਕਾਰੀ ਦੇ ਰਹੇ ਸਨ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਕਹਿਣਾ ਹੈ ਕਿ ਉਸ ਨੇ 29 ਅਪ੍ਰੈਲ ਤੱਕ ਗਾਜ਼ਾ ਪ੍ਰੋਗਰਾਮ ਰਾਹੀਂ 179 ਟੈਂਪਰੇਰੀ ਰੈਜ਼ੀਡੈਂਸੀ ਪਰਮਿਟ ਜਾਰੀ ਕੀਤੇ ਨੇ, ਪਰ ਵਿਭਾਗ ਨੂੰ ਇਹ ਨਹੀਂ ਪਤਾ ਕਿ ਕੋਈ ਅਸਲ 'ਚ ਕੈਨੇਡਾ ਪਹੁੰਚਿਆ ਹੈ ਜਾਂ ਨਹੀਂ। ਇੱਕ ਬਿਆਨ 'ਚ ਮਿਲਰ ਨੇ ਕਿਹਾ ਕਿ ਕੈਨੇਡਾ ਇਜ਼ਰਾਈਲੀ ਅਤੇ ਮਿਸਰੀ ਅਧਿਕਾਰੀਆਂ ਨੂੰ ਮਨਜ਼ੂਰਸ਼ੁਦਾ ਟੈਂਪਰੇਰੀ ਰੈਜ਼ੀਡੈਂਸ ਦੇ ਨਾਮ ਭੇਜ ਰਿਹਾ ਹੈ, ਹਾਲਾਂਕਿ ਉਹ ਇਸ ਸਮੇਂ ਗਾਜ਼ਾ ਪੱਟੀ ਤੋਂ ਬਾਹਰ ਨਹੀਂ ਜਾ ਸਕਦੇ। ਮਿਲਰ ਨੇ ਇਹ ਵੀ ਕਿਹਾ ਭਾਵੇਂ ਗਾਜ਼ਾ ਤੋਂ ਬਾਹਰ ਆਉਣਾ ਫਿਲਹਾਲ ਸੰਭਵ ਨਹੀਂ ਹੈ, ਪਰ ਸਥਿਤੀ ਕਿਸੇ ਵੀ ਸਮੇਂ ਬਦਲ ਸਕਦੀ ਹੈ। ਇਸ ਕੈਪ ਵਾਧੇ ਦੇ ਨਾਲ ਅਸੀਂ ਸਥਿਤੀ ਦੇ ਬਦਲਣ ਅਤੇ ਹੋਰ ਲੋਕਾਂ ਦੀ ਮਦਦ ਕਰਨ ਲਈ ਤਿਆਰ ਹੋਵਾਂਗੇ। ਅਜਿਹੀਆਂ ਰਿਪੋਰਟਸ ਲਗਾਤਾਰ ਮਿਲ ਰਹੀਆਂ ਨੇ ਕਿ ਕਈ ਫਲਸਤੀਨੀ ਲੋਕ ਆਪਣੀ ਪੁਨਰਵਾਸ ਸਥਿਤੀ ਬਾਰੇ ਅਨਿਸ਼ਚਿਤਤਾ ਦੇ ਦਰਮਿਆਨ ਸਰਹੱਦ ਪਾਰ ਕਰਕੇ ਮਿਸਰ ਜਾਣ ਲਈ ਹਜ਼ਾਰਾਂ ਡਾਲਰ ਖਰਚ ਕਰ ਰਹੇ ਨੇ। ਕੈਨੇਡਾ 'ਚ ਰਹਿੰਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਫੈਡਰਲ ਸਰਕਾਰ ਤੋਂ ਪੱਕੀ ਜਾਣਕਾਰੀ ਨਹੀਂ ਮਿਲੀ ਕਿ ਸਰਹੱਦ ਪਾਰ ਜਾਣ ਲਈ ਭੁਗਤਾਨ ਕਰਨ ਵਾਲੇ ਲੋਕ ਅਜੇ ਵੀ ਕੈਨੇਡੀਅਨ ਪ੍ਰੋਗਰਾਮ ਤੱਕ ਪਹੁੰਚ ਕਰ ਸਕਦੇ ਨੇ ਜਾਂ ਨਹੀਂ। ਗਾਜ਼ਾ ਦੇ ਪ੍ਰੋਗਰਾਮ 'ਚ ਟੈਂਪਰੇਰੀ ਰੈਜ਼ੀਡੈਂਸੀ ਪਰਮਿਟ ਸ਼ਾਮਲ ਨੇ, ਜਦਕਿ ਸੁਡਾਨ ਪ੍ਰੋਗਰਾਮ ਪਰਮਾਨੈਂਟ ਰੈਜ਼ੀਡੈਂਸੀ ਲਈ ਹੈ। NDP ਨੇ ਫੈਡਰਲ ਸਰਕਾਰ 'ਤੇ ਦੋਵਾਂ ਪ੍ਰੋਗਰਾਮਾਂ 'ਚ ਗਲਤੀਆਂ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਸਰਕਾਰ ਨੇ ਅਗਸਤ 2021 'ਚ ਤਾਲਿਬਾਨ ਦੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਵਰਗੀਆਂ ਹੋਰ ਸੰਘਰਸ਼ ਸਥਿਤੀਆਂ ਤੋਂ ਸਬਕ ਨਹੀਂ ਲਿਆ। ਕੈਨੇਡਾ 'ਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਮੁੜ ਸ਼ੁਰੂ ਹੁੰਦਾ ਨਜ਼ਰ ਆਇਆ ਜਦੋਂ BC ਦੇ ਸਰੀ 'ਚ ਦੋ ਹਥਿਆਰਬੰਦ ਨੌਜਵਾਨਾਂ ਨੇ ਇੱਕ ਇਮੀਗ੍ਰੇਸ਼ਨ ਸਲਾਹਕਾਰ ਦੇ ਦਫ਼ਤਰ 'ਚ ਦਾਖਲ ਹੋ ਕੇ ਦਫ਼ਤਰ ਦੇ ਮਾਲਕ ਨੂੰ ਧਮਕਾਇਆ। ਨਕਾਬਪੋਸ਼ ਨੌਜਵਾਨਾਂ ਨੇ ਇਮੀਗ੍ਰੇਸ਼ਨ ਸਲਾਹਕਾਰ ਨੂੰ ਧਮਕੀ ਦਿੱਤੀ, ਜੇ ਉਸਨੇ ਮੁੜ ਉਹਨਾਂ ਦੇ ਬੌਸ ਦਾ ਫੋਨ ਨਾ ਚੁੱਕਿਆ ਤਾਂ ਗੰਭੀਰ ਸਿੱਟੇ ਭੁਗਤਣੇ ਪੈਣਗੇ। ਦੂਜੇ ਪਾਸੇ ਸਰੀ RCMP ਇਸ ਘਟਨਾ ਨੂੰ ਲੁੱਟ ਦੀ ਵਾਰਦਾਤ ਦੱਸ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ ਇਮੀਗ੍ਰੇਸ਼ਨ ਸਲਾਹਕਾਰ ਦੀ ਪਤਨੀ ਨੇ ਦੱਸਿਆ ਕਿ ਤਕਰੀਬਨ ਇੱਕ ਮਹੀਨਾ ਪਹਿਲਾਂ ਵੀ ਉਹਨਾਂ ਨੂੰ ਸ਼ੱਕੀ ਫੋਨ ਕਾਲ ਆਈ ਅਤੇ ਫੋਨ ਕਰਨ ਵਾਲਾ ਹਜ਼ਾਰਾਂ ਡਾਲਰ ਦੀ ਮੰਗ ਕਰ ਰਿਹਾ ਸੀ। ਪਰਿਵਾਰ ਵੱਲੋਂ ਫੋਨ ਕਾਲ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ, ਪਰ ਉਹਨਾਂ ਨੇ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ, ਫਿਲਹਾਲ ਇਸ ਗੱਲ ਦੀ ਤਸਦੀਕ ਨਹੀਂ ਹੋ ਸਕੀ ਕਿ ਇੱਕ ਮਹੀਨਾ ਪਹਿਲਾਂ ਆਏ ਫੋਨ ਅਤੇ ਤਾਜ਼ਾ ਵਾਰਦਾਤ 'ਚ ਕੋਈ ਸੰਬੰਧ ਹੈ ਜਾਂ ਨਹੀਂ। ਪਰ ਵਾਰਦਾਤ ਤੋਂ ਪਰਿਵਾਰ ਬੇਹੱਦ ਘਬਰਾਇਆ ਹੋਇਆ ਹੈ, ਕਿਉਂਕਿ ਸਾਊਥ ਏਸ਼ੀਅਨ ਮਹਿਸੂਸ ਕਰ ਰਹੇ ਨੇ
ਕਿ ਨੌਜਵਾਨਾਂ ਦੇ ਹੱਥ 'ਚ ਅਸੋਲਟ ਸਟਾਈਲ ਰਾਈਫਲਾਂ ਉਹਨਾਂ ਦੇ ਫੜੀਆਂ ਹੋਈਆਂ ਸਨ, ਜਿਹੜੀਆਂ ਨੁਕਸਾਨਦਾਇਕ ਹੋ ਸਕਦੀਆਂ ਸਨ। ਮੀਡੀਆ ਵੱਲੋਂ ਇਮੀਗ੍ਰੇਸ਼ਨ ਸਲਾਹਕਾਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ, ਜਿਸ ਨੇ ਦੱਸਿਆ ਕਿ ਹਥਿਆਰਬੰਦ ਨੌਜਵਾਨਾਂ 'ਚੋਂ ਇੱਕ ਨੇ ਮੁਲਾਜ਼ਮਾਂ ਨੂੰ ਘੇਰ ਲਿਆ, ਜਦੋਂ ਕਿ ਦੂਜਾ ਉਹਨਾਂ ਦੇ ਕੋਲ ਆਇਆ। ਕਾਲੀ ਹੁੱਡੀ ਵਾਲੇ ਨੌਜਵਾਨ ਨੇ ਆਉਂਦਿਆਂ ਹੀ ਸਵਾਲ ਕੀਤਾ ਕਿ ਉਹ ਉਸਦੇ ਬੌਸ ਦੀਆਂ ਫੋਨ ਕਾਲਸ ਦਾ ਜਵਾਬ ਕਿਉਂ ਨਹੀਂ ਦੇ ਰਿਹਾ। ਵਾਰਦਾਤ ਤੋਂ ਅੱਧਾ ਘੰਟਾ ਪਹਿਲਾਂ ਵੀ ਇਮੀਗ੍ਰੇਸ਼ਨ ਸਲਾਹਕਾਰ ਕੋਲ ਇੱਕ ਸ਼ੱਕੀ ਫੋਨ ਕਾਲ ਆਈ, ਪਰ ਉਹਨਾਂ ਕੋਈ ਜਵਾਬ ਨਹੀਂ ਦਿੱਤਾ। ਬੰਦੂਕਧਾਰੀ ਨੌਜਵਾਨ ਤਕਰੀਬਨ 50 ਸੈਕਿੰਡ ਦਫ਼ਤਰ 'ਚ ਰਹੇ ਅਤੇ ਇਸ ਦੌਰਾਨ ਇਮੀਗ੍ਰੇਸ਼ਨ ਸਲਾਹਕਾਰ ਵੱਲ ਬੰਦੂਕ ਵੀ ਤਾਣੀ ਰੱਖੀ। ਜਾਣ ਤੋਂ ਪਹਿਲਾਂ ਉਹ ਦਫ਼ਤਰ ਦੇ ਮਾਲਕ ਦਾ ਸੈੱਲ ਫੋਨ ਲੈ ਗਿਆ। ਇਮੀਗ੍ਰੇਸ਼ਨ ਸਲਾਹਕਾਰ ਸਿਰਫ ਆਪਣੇ ਪਰਿਵਾਰ ਦੀ ਸੁਰੱਖਿਆ ਵਾਸਤੇ ਹੀ ਨਹੀਂ, ਸਗੋਂ ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਬਾਰੇ ਵੀ ਚਿੰਤਤ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ 'ਤੇ ਦੇਖਿਆ ਜਾ ਸਕਦਾ ਕਿ ਸ਼ੱਕੀ ਇੱਕ ਗ੍ਰੇ ਡੌਜ ਚਾਰਜਰ 'ਚ ਆਏ ਸਨ। ਇਮੀਗ੍ਰੇਸ਼ਨ ਸਲਾਹਕਾਰ ਮੁਤਾਬਕ ਕਿ ਇਹ 15 ਸਾਲ ਤੋਂ ਵੱਧ ਸਮੇਂ ਤੋਂ ਦਫ਼ਤਰ ਚਲਾ ਰਿਹਾ ਹੈ, ਪਰ ਅੱਜ ਤੱਕ ਅਜਿਹਾ ਕਦੀ ਨਹੀਂ ਸੀ ਹੋਇਆ। ਦਫ਼ਤਰ ਦੇ ਮਾਲਕ ਮੁਤਾਬਕ ਉਹਨਾਂ ਦਾ ਕਿਸੇ ਅਪਰਾਧ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਹ ਦੱਸਣਾ ਮੁਸ਼ਕਲ ਹੈ ਕਿ ਉਹਨਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ। ਇਸੇ ਦੌਰਾਨ ਸਰੀ RCMP ਨੇ ਕਿਹਾ ਕਿ ਵਾਰਦਾਤ ਬਾਰੇ ਪਤਾ ਲੱਗਣ 'ਤੇ ਪੁਲਿਸ ਅਫਸਰ ਮੌਕੇ 'ਤੇ ਪੁੱਜੇ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 604-599-0502 'ਤੇ ਸੰਪਰਕ ਕਰੇ। ਚੇਤੇ ਰਹੇ ਕਿ ਪਿਛਲੇ ਸਾਲ ਭਾਰਤੀ ਮੂਲ ਦੇ ਕਾਰੋਬਾਰੀਆਂ ਨੂੰ ਧਮਕਾਉਣ ਦੀਆਂ ਵਾਰਦਾਤਾਂ 'ਚ ਵਾਧਾ ਹੋਣ ਮਗਰੋਂ ਇਸ ਸਾਲ ਜਨਵਰੀ 'ਚ ਇੱਕ ਵੱਡਾ ਇਕੱਠ ਕੀਤਾ ਗਿਆ, ਜਿਸ ਵਿੱਚ ਭਾਈਚਾਰੇ ਦੇ 700 ਤੋਂ ਵੱਧ ਮੈਂਬਰ ਸ਼ਾਮਲ ਹੋਏ ਸਨ। ਇਹ ਸਨ ਹੁਣ ਤੱਕ ਦੀਆਂ ਖਬਰਾਂ ਅਤੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ 'ਤੇ। ਅਸਥਾਈ ਵੀਜ਼ਾ ਧਾਰਕਾਂ ਲਈ ਸੁਰੱਖਿਆ ਨਿਯਮਾਂ 'ਚ ਢਿੱਲ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਲੋੜ ਹੋ ਸਕਦੀ ਹੈ ਖਤਮ। ਭਾਰਤੀ ਵਿਦਿਆਰਥੀਆਂ ਨੇ ਸ਼ੁਰੂ ਕੀਤੀ ਮੁਕੰਮਲ ਭੁੱਖ ਹੜਤਾਲ, ਸਟੂਡੈਂਟਸ ਦੇ ਸਿਰ 'ਤੇ ਲਟਕ ਰਹੀ ਹੈ ਡੈਪੋਟੇਸ਼ਨ ਦੀ ਤਲਵਾਰ। ਸਟੂਡੈਂਟਸ ਨਾਲ ਧੋਖਾਧੜੀ ਦੇ ਮਾਮਲੇ 'ਚ ਇਮੀਗ੍ਰੇਸ਼ਨ ਏਜੰਟ ਨੇ ਦੋਸ਼ ਕਬੂਲੇ। ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਪਿਛਲੇ ਸਾਲ ਸਰੀ ਤੋਂ ਕੀਤਾ ਗਿਆ ਸੀ ਗ੍ਰਿਫਤਾਰ। ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਪ੍ਰਵਾਸੀਆਂ ਦਾ ਵਿਰੋਧ ਕਰ ਰਹੇ ਨੇ PEI ਦੇ ਨਿਵਾਸੀ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ, ਦੇਖਦੇ ਰਹੋ TV ਪੰਜਾਬ।